ਏਵਨ ਪੰਜਾਬੀ ਤੇ ਏਵਨ ਨਿਊਜ਼ ਵਿੱਚ ਆਪ ਸਭ ਦਾ ਸਵਾਗਤ ਕਰਦਾ। ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹੈ ਖਰੀਆਂ ਖਰੀਆਂ। ਦੋਸਤੋ ਖਬਰ ਲੈਂਦੇ ਹਾਂ ਜੀ ਚੰਡੀਗੜ੍ਹ ਤੋਂ। ਦੱਸਣ ਜਾ ਰਿਹਾ ਕਿ ਸ਼ਰਾਬੀਆਂ ਲਈ ਇੱਕ ਬਹੁਤ ਹੀ ਖਾਸ ਸੂਚਨਾ ਹੈ ਕਿ ਖਾਸ ਕਰਕੇ ਪੰਜਾਬ ਤੇ ਹਰਿਆਣਾ ਦੇ ਸ਼ਰਾਬੀਆਂ ਵਾਸਤੇ। ਜੇਕਰ ਤੁਸੀਂ ਕਿਸੇ ਠੇਕੇ ਤੋਂ ਸ਼ਰਾਬ ਲੈ ਰਹੇ ਹੋ ਤੇ ਹੁਣ ਤੁਹਾਨੂੰ ਮਿਲੇਗਾ ਪੱਕਾ ਬਿੱਲ, ਕੰਪਿਊਟਰਾਈਜ਼ ਬਿੱਲ ਮਿਲੇਗਾ। ਔਰ ਕੰਪਿਊਟਰਾਈਜ਼ ਬਿੱਲ ਮਿਲਣ ਤੋਂ ਬਾਅਦ ਤੁਹਾਨੂੰ ਇਹ ਪਤਾ ਲੱਗੇਗਾ ਕਿ ਕਿਸ ਦਾ ਠੇਕਾ ਹੈ, ਕਿਸ ਦੇ ਨਾਮ ਤੇ ਚੱਲ ਰਿਹਾ ਹੈ। ਔਰ ਜੇਕਰ ਤੁਹਾਨੂੰ ਸ਼ਰਾਬ ਦੇ ਵਿੱਚ ਕੋਈ ਕਮਜ਼ੋਰੀ ਨਜ਼ਰ ਆਉਂਦੀ ਹੈ, ਕੋਈ ਮਿਕਸ ਚੀਜ਼ ਨਜ਼ਰ ਆਉਂਦੀ ਹੈ, ਤੇ ਤੁਸੀਂ ਉਸ ਦੀ ਬੇਧੜਕ ਹੋ ਕੇ ਜਾਂਚ ਵੀ ਕਰਵਾ ਸਕਦੇ ਹੋ। ਮੈਂ ਦੱਸਣਾ ਚਾਹੁੰਦਾ ਕਿ ਇੱਕ ਪਟੀਸ਼ਨ ਦੇ ਆਧਾਰ ਤੇ ਪੰਜਾਬ ਤੇ ਹਰਿਆਣਾ ਸਰਕਾਰ ਨੂੰ ਹਾਈ ਕੋਰਟ ਦੇ ਇਹ ਆਦੇਸ਼ ਨੇ। ਔਰ ਜਿਸ ਵੀ ਠੇਕੇ ਤੋਂ ਤੁਸੀਂ ਸ਼ਰਾਬ ਖਰੀਦੋ, ਤੁਹਾਨੂੰ ਦੇਣਾ ਪਏਗਾ ਕੰਪਿਊਟਰਾਈਜ਼ ਬਿੱਲ। ਸੁਣੋ, ਉਹ ਆਪਣੀ ਮਰਜ਼ੀ ਸੇ ਰੇਟ ਲਗਾਤੇ ਹੈ, ਸੋ ਐਟ ਟਾਈਮਸ 500 ਵਾਲੀ ਬੋਤਲ ਕਿਸੇ ਕੋ 700, ਕਿਸੇ ਕੋ 800, ਸੋ ਦੇਰ ਇਜ਼ ਨੋ ਕੰਸਿਸਟੈਂਸੀ ਆਫ ਦੀ ਰੇਟ। ਔਰ ਜੋ ਉਸਕੀ ਕੁਆਲਿਟੀ ਹੈ ਉਹ ਵੀ ਹਮੇ ਸਭ ਕੋ ਪਤਾ ਕਿ ਵੀ ਕਹੀਂ ਨਾ ਕਹੀਂ ਉਹ ਡਾਊਟਫੁਲ ਹੋਤੀ ਹੈ। ਐਂਡ ਬਿਲਿੰਗ ਜੋ ਇੱਕ ਇੰਪੋਰਟੈਂਟ ਚੀਜ਼ ਹੈ, ਆਜ ਕੀ ਜਬ ਹਮ ਟ੍ਰਾਂਸਪੇਰੈਂਸੀ ਕੀ ਬਾਤ ਕਰਤੇ ਹੈ, ਤੋ ਸਿਰਫ ਲਿਕਰ ਪੇ ਐਸੇ ਥਾਂ ਕੇ ਬਿੱਲ ਨਹੀਂ ਥੇ ਮਿਲ ਰਹੇ। ਤੋ ਅਬ ਸੇ ਜੋ ਆਰਡਰ ਆਇਆ ਹਾਈ ਕੋਰਟ ਕਾ, ਉਸਕੇ ਹਿਸਾਬ ਸੇ ਪੰਜਾਬ ਔਰ ਹਰਿਆਣਾ ਦੋਨੋਂ ਸਟੇਟਸ ਪੇ, ਚਾਹੇ ਉਹ ਇੰਗਲਿਸ਼ ਲਿਕਰ ਹੈ, ਚਾਹੇ ਉਹ ਦੇਸੀ ਲਿਕਰ ਹੈ, ਕੋਈ ਵੀ ਅਮਾਊਂਟ ਹੋ ਉਸਕੀ ਸੇਲ ਪੇ ਬਿੱਲ ਮਿਲੇਗਾ। ਪ੍ਰੋਗਰਾਮ ਦੇ ਅੰਤ ਵਿੱਚ ਦੋਸਤੋ ਕਮੈਂਟ ਕਰਿਆ ਕਰੋ, ਕਮੈਂਟ ਚੰਗੀ ਭਾਸ਼ਾ 'ਚ ਕਰਿਆ ਕਰੋ, ਵਲਗਰ ਭਾਸ਼ਾ ਦਾ ਇਸਤੇਮਾਲ ਨਾ ਕਰਿਆ ਕਰੋ। ਜੇਕਰ ਤੁਹਾਡੇ ਕੋਲ ਵੀ ਕੋਈ ਖਬਰ ਹੈ, ਉਸ ਦੀ ਪੁਖਤਾ ਜਾਣਕਾਰੀ ਹੈ, ਤਾਂ ਪਲੀਜ਼ ਤੁਸੀਂ ਸਾਨੂੰ ਮੇਲ ਕਰੋ। ਸਾਡੀ ਮੇਲ ਆਈਡੀ ਹੈ khariankhariaan@gmail.com। ਜੇ ਸੰਪਰਕ ਕਰਨਾ ਚਾਹੁੰਦੇ ਹੋ 6280837329 'ਤੇ ਕਰ ਸਕਦੇ ਹੋ। ਔਰ ਦੋਸਤੋ ਏਵਨ ਪੰਜਾਬੀ ਤਾਂ ਏਵਨ ਨਿਊਜ਼ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ। ਇਫ ਯੂ ਲਾਈਕ ਦਿਸ ਵੀਡੀਓ ਪਲੀਜ਼ ਸਬਸਕ੍ਰਾਈਬ ਦ ਚੈਨਲ, ਲਾਈਕ ਐਂਡ ਸ਼ੇਅਰ ਦਿਸ ਵੀਡੀਓ।